ਪੇਸ਼ੇ ਖਿਦਮਤ ਹੈ ਰੇਡੀਓ ਪੰਜਾਬ ਦਾ ਵਿਸ਼ੇਸ਼ ਰੇਡੀਓ ਕਾਲਮ ਡੰਗ ਤੇ ਚੋਬਾ। ਤਹਿਰੀਰੋ ਪੇਸ਼ਕਸ਼ ਬਰਿੰਦਰ ਕੌਰ ਬਲਜੀਤ ਸਿੰਘ ਦੀ ਹੈ। ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਆਸ਼ੀਸ਼ ਖੇਤਾਨ ਖਿਲਾਫ ਸਿੱਖ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਹੇਠ ਧਾਰਾ 295A ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ ਨੇ ਦੱਸਿਆ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਦੀ ਸ਼ਿਕਾਇਤ ਤੇ ਕੱਲ ਰਾਤ ਲਗਭਗ 12 ਵਜੇ ਇਹ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ 3 ਜੁਲਾਈ ਨੂੰ ਦਿੱਲੀ ਡਾਇਲਾਗ ਕਮਿਸ਼ਨ ਦੇ ਮੁਖੀ ਆਸ਼ੀਸ਼ ਖੇਤਾਨ ਨੇ ਇੱਥੇ ਯੂਥ ਮੈਨੀਫੈਸਟੋ ਜਾਰੀ ਕਰਦੇ ਸਮੇਂ ਇਸ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ, ਬਾਈਬਲ, ਗੀਤਾ ਅਤੇ ਕੁਰਾਨ ਨਾਲ ਕੀਤੀ ਸੀ। ਅਕਾਲੀ ਭਾਜਪਾ ਗੱਠਜੋੜ ਸਰਕਾਰ ਜਿਸ ਕਠੋਰਤਾ ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਉੱਪਰ ਮੁਕੱਦਮੇ ਦਰਜ ਕਰਕੇ ਵੋਟਾਂ ਬਟੋਰਨ ਦੇ ਸੁਪਨੇ ਲੈ ਰਹੀ ਹੈ, ਉਹ ਰਾਜਨੀਤਿਕ ਵਰਤਾਰੇ ਦੀ ਸਭ ਤੋਂ ਘਟੀਆ ਤਸਵੀਰ ਹੈ। ਜੇ ਪ੍ਰਕਾਸ਼ ਸਿੰਘ ਬਾਦਲ ਮੋਦੀ ਨੂੰ ਨਰਿੰਦਰ ਮੋਦੀ ਬਹਾਦਰ ਕਹਿ ਕੇ ਸਿੱਖ ਜਰਨੈਲ ਬੰਦਾ ਬਹਾਦਰ ਦਾ ਮਜ਼ਾਕ ਉਡਾਉਣ ਤਾਂ ਕੋਈ ਗੱਲ ਨਹੀਂ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਦਾਰ ਅਨਸਰਾਂ ਦੀ ਭਾਲ ਵਿੱਚ ਪੂਰੀ ਤਰ੍ਹਾਂ ਫੇਲ ਹੋ ਕੇ ਸਰਕਾਰ ਸਿੱਖ ਹਿਰਦਿਆਂ ਨੂੰ ਵਲੂੰਦਰੇ ਤਾਂ ਕੋਈ ਗੱਲ ਨਹੀਂ। ਜੇ ਅਕਾਲ ਤਖ਼ਤ ਦਾ ਜਥੇਦਾਰ 10ਵੇਂ ਪਾਤਸ਼ਾਹ ਦੀ ਬੇਅਦਬੀ ਦੇ ਦੋਸ਼ੀ ਨੂੰ ਮਾਫ਼ੀਨਾਮਾ ਦੇ ਕੇ ਸਿੱਖਾਂ ਦੇ ਜ਼ਖਮਾਂ 'ਤੇ ਨਮਕ ਛਿੜਕੇ ਤਾਂ ਕੋਈ ਗੱਲ ਨਹੀਂ। ਜੇ ਸ਼੍ਰੀ ਅਕਾਲ ਤਖ਼ਤ ਦੀ ਮਾਣ ਮਰਿਆਦਾ ਨੂੰ ਜਥੇਦਾਰ ਢਾਹ ਲਾਵੇ ਤਾਂ ਕੋਈ ਗੱਲ ਨਹੀਂ। ਪਰ ਜੇ ਵਿਰੋਧੀ ਪਾਰਟੀ ਦਾ ਕੋਈ ਆਗੂ ਅਣਜਾਣਪੁਣੇ ਵਿੱਚ ਗਲਤੀ ਕਰ ਹੱਥ ਜੋੜ ਕੇ ਮਾਫ਼ੀ ਵੀ ਮੰਗ ਲਵੇ ਤਾਂ ਪੰਥ 'ਤੇ ਫਿਰ ਵੀ ਆਫ਼ਤ ਝੂਲਦੀ ਰਹਿੰਦੀ ਹੈ। ਅਕਾਲੀ ਦਰਅਸਲ ਆਮ ਆਦਮੀ ਪਾਰਟੀ ਨੂੰ ਧਾਰਮਿਕ ਬੇਅਦਬੀ ਦਾ ਮੁੱਦਾ ਗਰਮਾ ਕੇ ਬਦਨਾਮ ਕਰਨ 'ਤੇ ਤੁਲੇ ਹੋਏ ਨੇ, ਪਰ ਲੋਕ ਇਸ ਕੁਝ ਵਰਤਾਰੇ ਨੂੰ ਬਾਖੂਬੀ ਸਮਝਦੇ ਨੇ ਤੇ ਇਸ ਤਰ੍ਹਾਂ ਕਦੇ ਵੀ ਉਹ ਅਕਾਲੀਆਂ ਭਾਜਪਾਈਆਂ ਨੂੰ ਵੋਟਾਂ ਨਹੀਂ ਪਾਉਣਗੇ। ਆਸ਼ੀਸ਼ ਖੇਤਾਨ ਉੱਪਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਦਰਜ ਕਰਕੇ ਕੁਝ ਹਾਸਲ ਨਹੀਂ ਹੋਣ ਲੱਗਾ, ਬਲਕਿ ਲੋਕਾਂ ਨੂੰ ਇਹ ਸਮਝ ਪੈ ਗਈ ਹੈ ਕਿ ਇਹ ਸਭ ਕੁਝ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਦਿਨ ਬ ਦਿਨ ਵੱਧ ਰਹੀ ਲੋਕਪ੍ਰਿਯਤਾ ਨੂੰ ਢਾਹ ਲਾਉਣ ਦੀ ਇੱਕ ਨਿਖਿੱਧ ਸਿਆਸੀ ਚਾਲ ਹੈ। ਜੇ ਸੌਦਾ ਸਾਧ ਨੂੰ ਇੰਨਾ ਵੱਡਾ ਧਾਰਮਿਕ ਅਨਰਥ ਕਰਨ ਦੇ ਬਾਵਜੂਦ ਉਸ ਵੱਲੋਂ ਬਿਨਾਂ ਮੰਗੇ ਮੁਆਫ਼ੀ ਦਿੱਤੀ ਜਾ ਸਕਦੀ ਹੈ ਤਾਂ ਆਸ਼ੀਸ਼ ਖੇਤਾਨ ਨੇ ਤਾਂ ਹੱਥ ਜੋੜ ਕੇ ਜਨਤਕ ਤੌਰ 'ਤੇ ਸਿੱਖ ਜਗਤ ਤੋਂ ਮੁਆਫ਼ੀ ਮੰਗ ਲਈ ਹੈ। ਉਸ ਉੱਪਰ ਇਹ ਜ਼ੁਲਮ ਕਿਉਂ? ਬਾਦਲ ਸਾਹਿਬ ਜੋ ਮਰਜ਼ੀ ਕਰ ਲਵੋ, ਪਰ ਤੁਹਾਡੀ ਸਰਕਾਰ ਹੁਣ ਬਣ ਨਹੀਂ ਲੱਗੀ। ਭਾਵੇਂ ਸਾਰੀ ਆਪ ਨੂੰ ਤੁਸੀਂ ਜੇਲ੍ਹੀ ਡੱਕ ਦਿਓ, ਪਰ ਤੁਹਾਨੂੰ ਲੋਕਾਂ ਨੇ ਉਹ ਤਾਰੇ ਵਿਖਾਉਣੇ ਹੈ ਜਿਹੜੇ ਪਹਿਲਾਂ ਤੁਸੀਂ ਸ਼ਾਇਦ ਹੀ ਕਦੇ ਵੇਖੇ ਹੋਣ। ਆਪ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਪਾਰਟੀ ਦੇ ਗੈਰ ਸਿੱਖ ਆਗੂ ਆਸ਼ੀਸ਼ ਖੇਤਾਨ ਕੋਲੋਂ ਹੋਈ ਕੁਤਾਹੀ ਦੀ ਉਸਨੇ ਸਮੁੱਚੇ ਪੰਜਾਬ ਕੋਲੋਂ ਹੱਥ ਜੋੜ ਕੇ ਮਾਫ਼ੀ ਮੰਗ ਲਈ ਹੈ ਅਤੇ ਉਹਨਾਂ ਨੂੰ ਗੁਰੂ ਅੱਗੇ ਵਾਰ ਵਾਰ ਮਾਫ਼ੀ ਮੰਗਣ ਤੋਂ ਵੀ ਗੁਰੇਜ਼ ਨਹੀਂ। ਪਰ ਦੋਵਾਂ ਬਾਦਲਾਂ ਨੂੰ ਵੋਟ ਰਾਜਨੀਤੀ ਲਈ ਧਾਰਮਿਕ ਮੁੱਦੇ ਉਛਾਲਣ ਦੀ ਥਾਂ ਉਹਨਾਂ ਨਾਲ ਸਿਆਸੀ ਲੜਾਈ ਲੜਨ ਦੀ ਹਿੰਮਤ ਕਰਨੀ ਚਾਹੀਦੀ ਹੈ। ਉਹਨਾਂ ਬਾਦਲਾਂ ਨੂੰ ਕਿਹਾ ਕਿ ਪੰਜਾਬ ਪਹਿਲਾਂ ਹੀ ਬਹੁਤ ਸੰਤਾਪ ਚੱਲ ਚੁੱਕਿਆ ਹੈ ਅਤੇ ਅਕਾਲੀ ਦਲ ਨੂੰ ਹੁਣ ਸੂਬੇ ਉੱਪਰ ਰਹਿਮ ਕਰਨਾ ਚਾਹੀਦਾ ਹੈ। ਇਹ ਗੱਲ ਤਾਂ ਮੰਨਣ ਵਾਲੀ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵਿੱਚ ਕਈ ਨਾਮਾਵਰ ਸਿੱਖ ਆਗੂਆਂ ਦੀ ਮੌਜੂਦਗੀ ਦੇ ਬਾਵਜੂਦ ਕੋਈ ਵੀ ਅਜਿਹਾ ਆਗੂ ਨਹੀਂ ਹੈ ਜਿਸ ਨੂੰ ਕਿ ਸਿੱਖ ਧਰਮ, ਇਤਿਹਾਸ ਅਤੇ ਸੱਭਿਆਚਾਰ ਦੀ ਪੂਰੀ ਪੂਰੀ ਜਾਣਕਾਰੀ ਹੋਵੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਮਰ ਸੰਧੂ ਵਰਗਾ ਵਰਿਸ਼ਠ ਪੱਤਰਕਾਰ ਵੀ ਸਿੱਖ ਕਦਰਾਂ ਕੀਮਤਾਂ ਦੀ ਜਾਣਕਾਰੀ ਤੋਂ ਬਿਲਕੁਲ ਹੀ ਕੋਰਾ ਹੈ। ਇਹ ਤਾਂ ਇੱਕ ਸਧਾਰਨ ਸਿੱਖ ਵੀ ਜਾਣਦਾ ਅਤੇ ਸਮਝਦਾ ਕਿ ਝਾੜੂ ਵਰਗੇ ਕਿਸੇ ਪ੍ਰਤੀਕ ਨਾਲ ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨਹੀਂ ਲਾਈ ਜਾ ਸਕਦੀ। ਜੇ ਆਪ ਆਗੂਆਂ ਨੂੰ ਸਿੱਖ ਮਰਿਆਦਾ ਦੀ ਜਾਣਕਾਰੀ ਨਹੀਂ ਸੀ ਤਾਂ ਭਲੇ ਉਹ ਸਾਡੇ ਵਰਗੇ ਕਿਸੇ ਅਣਜਾਣ ਤੋਂ ਹੀ ਪੁੱਛ ਲੈਂਦੇ, ਇਹ ਤਾਂ ਉਹਨੇ ਵੀ ਦੱਸ ਦੇਣਾ ਸੀ ਕਿ ਇਹ ਠੀਕ ਨਹੀਂ ਹੈ। ਹੁਣ ਕੀ ਹਾਸਲ ਹੋਇਆ? ਚੰਗੀ ਭਲੀ ਆਪ ਦੀ ਲੋਕ ਲਹਿਰ ਨੂੰ ਅਣਜਾਣ ਆਗੂਆਂ ਦੀ ਮੂਰਖਤਾ ਕਾਰਨ ਵਿਰੋਧੀਆਂ ਨੂੰ ਆਮ ਆਦਮੀ ਪਾਰਟੀ ਉੱਪਰ ਤਾਬੜਤੋੜ ਹਮਲੇ ਕਰਨ ਦਾ ਇੱਕ ਕਾਰਾਗਰ ਮੁੱਦਾ ਮਿਲ ਗਿਆ। ਹੁਣ ਅਕਾਲੀਆਂ ਦੇ ਇਸ ਹੂ ਹੱਲੇ ਦਾ ਇੱਕੋ ਹੀ ਪੁਖਤਾ ਜਵਾਬ ਹੈ ਜੋ ਇਹਨਾਂ ਦਾ ਮੂੰਹ ਬੰਦ ਕਰ ਸਕਦਾ, ਅਤੇ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਚੁਣਿੰਦਾ ਆਗੂ ਸ਼੍ਰੀ ਅਕਾਲ ਤਖ਼ਤ 'ਤੇ ਖੁਦ ਬ ਖੁਦ ਪੇਸ਼ ਹੋ ਕੇ ਧਾਰਮਿਕ ਡੰਨ ਲਵਾ ਲੈਣ। ਬਾਦਲ ਸਾਹਿਬ ਅਕਾਲ ਤਖ਼ਤ ਤੋਂ ਵੱਧ ਕੇ ਤਾਂ ਹੈ ਨਹੀਂ, ਫੌਰਨ ਚੁੱਪ ਕਰ ਜਾਣਗੇ। ਜੇ ਅਜਿਹਾ ਨਾ ਹੋਇਆ ਤਾਂ ਅਕਾਲੀਆਂ ਭਾਜਪਾਈਆਂ ਨੇ ਟਿੱਡ ਚਕਾਨਾ ਪਾਈ ਹੀ ਰੱਖਣਾ, ਇਹਨਾਂ ਨੂੰ ਇਹਨਾਂ ਦੇ ਹੀ ਹਥਿਆਰ ਨਾਲ ਚਿੱਤ ਕੀਤਾ ਜਾ ਸਕਦਾ, ਹੋਰ ਕੋਈ ਚਾਰਾ ਨਹੀਂ। ਅਕਾਲੀ ਤਾਂ ਹੁਣ ਇਹ ਧਾਰ ਹੀ ਬੈਠੇ ਨੇ ਕਿ ਆਮ ਆਦਮੀ ਪਾਰਟੀ ਨੂੰ ਕਿਸੇ ਨਾ ਕਿਸੇ ਧਾਰਮਿਕ ਵਿਵਾਦ ਵਿੱਚ ਉਲਝਾ ਕੇ ਲੋਕ ਮਤ ਇਸ ਪਾਰਟੀ ਦੇ ਖਿਲਾਫ ਕਰ ਦਿੱਤਾ ਜਾਵੇ।
जे आम आदमी पार्टी के आगुआ ने अकालिया इस भंडी प्रचार तो रोकने लई श्री अकाल तख्त की शरण लैके सिख जगत को माफ़ी ना मंगी तो अकालिया ने राई का पहाड़ बनाए बगैर सबर नहीं करना। अकाली भाजपा गठजोड़ सरकार हुण इस ताक विच भी है कि किवें ना किवें अरविंद केजरीवाल नूं इस मामले विच उलझाया जावे ते विरोध प्रदर्शनां दे ड्रामे रच रच के उन्हां दीआं भावी पंजाब फेरियां ते रोक ला दित्ती जावे। हुण वेखणा यह है कि आम आदमी पार्टी इस मसले नूं किस सियाणप नाल नजिठदी है। फिल्म उड़ता पंजाब करके सूबे विच नशियां दा मुद्दा चर्चा विच आउण करके नमोशी चलन तों बाद पंजाब सरकार नूं हुण अदालत विच जवाब देना पएगा। पंजाब अते हरियाणा हाई कोर्ट ने सूबे दे गृह सकत्तर नूं इस साल सूबे विच नशियां दी बरामदगी अते दर्ज होए केसां दे जिलावार अंकड़े पेश करन दे निर्देश दित्ते हन। पंजाब दे भुपिंदर सिंह उर्फ भिंदा ने पंजाब सरकार खिलाफ पटीशन दायर करदियां दोष लाया है कि वड्डे नशा तस्करां नूं गिरफ्तार करन दी बजाए नशा करन वालियां नूं अड़िक्के चढ़ा के नशियां दे मामले ते गंभीरता दिखाउण दी कोशिश कीती जा रही है। पंजाब दे बहुगिणती नौजवानां नूं सिरे दे नशेड़ी साबित करन लई जिस तरह पहलों घड़ी गई साजिश अधीन फिल्म उड़ता पंजाब नूं वड्डी पद्धर ते प्रचारिया गया उसने अजिहा प्रभाव बना दिता जिवें पंजाब विच नशियां तो बिना होर कुछ विकदा ही नहीं ते नशियां तो बिना लोग होर कुछ खांदे पींदे ही नहीं। समझ नहीं आई कि अत गंदियां गालां नाल भरी बेसर पैर की कहानी वाली यह फिल्म कहना की चाहती है। पुलिस के एक ASI नाल एक डाक्टर नशा तस्करां दे टिकाणे फरोलदी फिरदी है। दोवां वल्लों नशा तस्करां दे तैयार कीते कच्चे चिट्ठे का की बनता है यह सवाल भी इस फिल्म च हल नहीं हुंदा। एक मूर्ख जिहा नशेड़ी गायक लत्तां बाहां मारी जांदा कदे लत्त दी बांह बन जांदी है ते कदे बांह दा गोडा बन जांदा। इहो जिहे नशेड़ी तां हर मुल्क हर समाज विच ने। इत्थे कैनेडा अमरीका बरतानिया च नशेड़ियां दी कोई घाट है? जमीन बंजर औलाद कंजर फिल्म बनाउण वालियां दी तां हो सकदी है पर समूह पंजाबियों नूं इह गंदी गाल क्यों कढ़ी गई है? क्यों इह गाल सुण के पंजाबियों दी अणख नहीं जागी? जे पंजाब नशेड़ियां नाल ही भरिया हुंदा तां अज दुनिया विच पंजाबियों दी तरक्की दे झंडे बुलंद ना हुंदे, अज पंजाबी उच्चे उच्चे अहुदियां ते विराजमान ना हुंदे। पंजाब दे सैकड़े नौजवान हर वरे डाक्टर इंजीनियर IAS IPS IFS अधिकारी बनते ने, जज वकील बनते ने। पंजाबियों नूं नशेड़ी कह के बदनाम करन दा इह पागलपण बंद होना चाहीदा ते उहनां फिल्मां ते पाबंदी लगनी चाहीदी है जो पंजाबियों नूं बदनाम करके सिर्फ पैसे बटोरन लई बनाईआं जा रहीआं ने। असीं तां पंजाब विच कदे अजिही अन्नी पई नहीं वेखी जिहो जी इहनां घटिया फिल्मां राहीं प्रचारी जा रही है। ਤੇ ਹੁਣ ਬਰਿੰਦਰ ਬਲਜੀਤ ਨੂੰ ਅੱਜ ਦਾ ਰੇਡੀਓ ਕਾਲਮ ਡੰਗ ਤੇ ਚੋਬਾਂ ਸਮਾਪਤ ਕਰਨ ਦੀ ਇਜਾਜ਼ਤ ਦਿਓ। ਧੰਨਵਾਦ।